ਇੱਕੋ ਸਮੇਂ ਦੋ ਦੋਸਤਾਂ ਦੀ ਤੜਫ ਤੜਫ ਕੇ ਜਾਨ ਨਿਕਲ ਗਈ। ਦੱਸਦੇ ਕਿ ਇਹਨਾਂ ਦੋਵਾਂ ਨੇ ਜ਼ਹਿਰੀਲਾ ਪਦਾਰਥ ਖਾਧਾ, ਜਿਸ ਤੋਂ ਬਾਅਦ ਇਹਨਾਂ ਨੂੰ ਉਲਟੀਆਂ ਆਈਆਂ। ਹਸਪੀਟਲ ਦੇ ਵਿੱਚ ਲੈ ਕੇ ਗਏ, ਜਿੱਥੇ ਇਹਨਾਂ ਦੋਵਾਂ ਨੇ ਇੱਕੋ ਸਮੇਂ ਤੇ ਦਮ ਤੋੜ ਦਿੱਤਾ। ਅੰਬੋਹਰ ਦੇ ਵਿੱਚ ਇਹ ਘਟਨਾ ਘਟੀ। ਇਹਨਾਂ ਦੀ ਉਮਰ ਵੀ 21 ਸਾਲ ਦੀ ਹੈ। ਤਾਂ ਦੱਸਦੇ ਕਿ ਪੁਲਿਸ ਦੇ ਵੱਲੋਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ। ਤਾਂ ਦੂਜੇ ਪਾਸੇ 174 ਦੀ ਕਾਰਵਾਈ ਵੀ ਕੀਤੀ ਗਈ। ਮੌਤ ਦੇ ਕਾਰਨਾਂ ਦਾ ਹਾਲੇ ਕੁਝ ਪਤਾ ਨਹੀਂ ਲੱਗਾ ਕਿ ਆਖਿਰਕਾਰ ਕਿਸ ਵਜ੍ਹਾ ਦੇ ਕਰਕੇ ਇਹਨਾਂ ਨੇ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਤੋਂ ਬਾਅਦ ਇਹਨਾਂ ਦੀ ਮੌਤ ਹੋ ਗਈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਚੱਲੇਗਾ। ਸੋ ਦੱਸਦੇ ਕਿ ਦੋ ਦੋਸਤ ਜੋਟੀ ਦੇ ਯਾਰ, ਜਿਨ੍ਹਾਂ ਦੀ ਇੱਕੋ ਸਮੇਂ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਇਹਨਾਂ ਨੇ ਜ਼ਹਿਰੀਲਾ ਪਦਾਰਥ ਖਾਧਾ, ਜਿਸ ਤੋਂ ਬਾਅਦ ਇਹਨਾਂ ਨੂੰ ਉਲਟੀਆਂ ਆਈਆਂ। ਹਸਪੀਟਲ ਦੇ ਵਿੱਚ ਲੈ ਕੇ ਗਏ, ਪਰ ਉਦੋਂ ਤੱਕ ਇਹਨਾਂ ਦੀ ਮੌਤ ਹੋ ਚੁੱਕੀ ਸੀ। ਅੰਬੋਹਰ ਦੇ ਵਿੱਚ ਇਹ ਘਟਨਾ ਘਟੀ। ਅਤੇ ਇੱਕ ਮੁੰਡਾ ਜੀ ਮਨਪ੍ਰੀਤ, ਆਪਣੇ ਈਦਗਾਹ ਬਸਤੀ ਤੋਂ। ਇਹ ਪਤਾ ਚੱਲਿਆ ਘਰਦਿਆਂ ਨੂੰ ਵੀ ਇਹ ਉੱਥੇ ਈਦਗਾਹ ਬਸਤੀ 'ਚ ਜਾ ਕੇ ਕੋਈ ਗਿਰੇ ਆ ਬਾਈਕ ਤੋਂ, ਅਤੇ ਇਹਨਾਂ ਨੂੰ ਚੁੱਕ ਕੇ ਜਿੱਦਾਂ ਹੀ ਹੋਸਪਿਟਲ ਲਿਜਾਂਦਾ ਗਿਆ, ਰਾਮ ਕੁਮਾਰ ਗੋਇਲ ਜੀ ਦੇ ਲਿਜਾਂਦਾ ਗਿਆ, ਜਿਹੜਾ ਹੋਸਪਿਟਲ ਹੈ ਇਹਨਾਂ ਦਾ ਮੇਰੇ ਮੁਹੱਲੇ ਵਾਲੇ ਨੂੰ, ਉਹਨਾਂ ਨੂੰ ਉੱਥੇ ਹੀ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ ਸੀਗਾ ਡਾਕਟਰ ਸਾਹਿਬ ਵੱਲੋਂ। ਅਤੇ ਜਿਹੜਾ ਦੂਸਰਾ ਮਨਪ੍ਰੀਤ ਮੁੰਡਾ ਸੀ, ਉਹਨੂੰ ਗੰਗਾਨਗਰ ਰੈਫਰ ਕੀਤਾ ਗਿਆ ਸੀਗਾ, ਉਹਦੀ ਉੱਥੇ ਜਾ ਕੇ ਮੌਤ ਹੋ ਗਈ ਹੈ ਜੀ। ਕਾਰਨ ਹੈ ਜੀ ਕੋਈ ਜ਼ਹਿਰੀਲਾ ਪਦਾਰਥ ਖਾਧਾ ਇਹਨਾਂ ਨੇ। ਕਾਰਨ ਹਾਲੇ ਕੋਈ ਨਹੀਂ ਸਾਹਮਣੇ ਆਇਆ, ਬਾਕੀ ਜਿੰਨੀ ਉਹ ਫੈਮਿਲੀ ਨਾਲ ਗੱਲ ਹੋਈ ਹੈ ਵੀ ਇਹਨਾਂ ਨੇ ਆਪੇ ਸੁਸਾਈਡ ਕੀਤਾ ਕੋਈ ਜ਼ਹਿਰੀਲਾ ਪਦਾਰਥ ਦੀ ਵਰਤੋਂ ਕਰਕੇ, ਅਤੇ ਦੋਨਾਂ ਨੇ ਇਕੱਠਾ ਹੀ ਖਾਧਾ ਜੀ। ਪੜ੍ਹਦੇ ਤਾਂ ਨਹੀਂ ਸੀ, ਕੰਮ ਨਹੀਂ ਹਾਲੇ ਛੋਟੀ ਏਜ ਸੀ ਦੋਨਾਂ ਦੀ, ਫਾਦਰ ਹੀ ਕੰਮ ਕਰਦੇ ਸੀ, ਕੋਈ 18 ਤੋਂ 20 ਸਾਲ ਸੀ ਤਕਰੀਬਨ ਦੋਨਾਂ ਦੇ। ਕੰਮ ਤਾਂ ਉਹਨਾਂ ਦੇ ਫਾਦਰ ਹੀ ਕਰਦੇ ਸੀ, ਮੁੰਡੇ ਨਹੀਂ ਹਾਲੇ ਕੰਮ ਵੀ ਕੰਮ ਕਰਦੇ ਸੀਗੇ। ਇੱਕ ਦੇ ਫਾਦਰ ਦਾ ਸਾਹਿਬ ਦੀ ਦੁਕਾਨ ਹੈਗੀ ਆਪਣੇ ਜੋੜੀ ਮੰਦਰ ਚੌਂਕ 'ਚ, ਪੇਂਟਿੰਗ ਦਾ ਕੰਮ, ਅਤੇ ਇੱਕ ਆਪਣੇ ਮੁਹੱਲੇ ਦੀ ਸੀਗੀ ਜੀ, ਇਹਦਾ ਨਾਲ ਦੂਸਰੇ ਸੋਨੀ ਹੈ ਅਤੇ ਮਨਪ੍ਰੀਤ ਹੈ ਜੀ, ਦੋ ਬੰਦੇ ਮਨਪ੍ਰੀਤ ਹੋ ਗਏ, ਦੋ ਮੁੰਡੇ ਮਨਪ੍ਰੀਤ ਹੈ ਜੀ, ਮਨਪ੍ਰੀਤ ਦਿਆਲ ਨਗਰੀ ਵਾਲਾ, ਸੋਨੀ ਕਮੋਜ ਮੁਹੱਲੇ ਵਾਸੀ ਜੀ। ਬਹੁਤ ਹੀ ਮੰਦਭਾਗੀ ਖਬਰ ਹੈ, ਬਹੁਤ ਹੀ ਆਪਣੇ ਬਾਪ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕੀਤੀ। ਕੋਈ ਮੌਤ ਦਾ ਕਾਰਨ ਸਾਹਮਣੇ ਆਇਆ ਜੀ? ਨਹੀਂ ਜੀ, ਕੋਈ ਨਹੀਂ ਹੈ ਪਵਾਦ ਪੁੱਛਣ ਦਾ ਸਮਾਂ ਨਹੀਂ ਜੀ। ਉਹ ਕਹਿੰਦੇ ਕੋਈ ਚੀਜ਼ ਕਿਨੇ ਖਾ ਲਈ, ਪਤਾ ਵੀ ਨਹੀਂ ਕੀ ਖਾਧਾ ਨੇ। ਇੱਕੋ ਸਮੇਂ ਦੋ ਦੋਸਤਾਂ ਦੀ ਤੜਫ ਤੜਫ ਕੇ ਜਾਨ ਨਿਕਲ ਗਈ। ਦੱਸਦੇ ਕਿ ਇਹਨਾਂ ਦੋਵਾਂ ਨੇ ਜ਼ਹਿਰੀਲਾ ਪਦਾਰਥ ਖਾਧਾ, ਜਿਸ ਤੋਂ ਬਾਅਦ ਇਹਨਾਂ ਨੂੰ ਉਲਟੀਆਂ ਆਈਆਂ। ਹਸਪੀਟਲ ਦੇ ਵਿੱਚ ਲੈ ਕੇ ਗਏ, ਜਿੱਥੇ ਇਹਨਾਂ ਦੋਵਾਂ ਨੇ ਇੱਕੋ ਸਮੇਂ ਤੇ ਦਮ ਤੋੜ ਦਿੱਤਾ। ਅੰਬੋਹਰ ਦੇ ਵਿੱਚ ਇਹ ਘਟਨਾ ਘਟੀ। ਇਹਨਾਂ ਦੀ ਉਮਰ ਵੀ 21 ਸਾਲ ਦੀ ਹੈ। ਤਾਂ ਦੱਸਦੇ ਕਿ ਪੁਲਿਸ ਦੇ ਵੱਲੋਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ। ਤਾਂ ਦੂਜੇ ਪਾਸੇ 174 ਦੀ ਕਾਰਵਾਈ ਵੀ ਕੀਤੀ ਗਈ। ਮੌਤ ਦੇ ਕਾਰਨਾਂ ਦਾ ਹਾਲੇ ਕੁਝ ਪਤਾ ਨਹੀਂ ਲੱਗਾ ਕਿ ਆਖਿਰਕਾਰ ਕਿਸ ਵਜ੍ਹਾ ਦੇ ਕਰਕੇ ਇਹਨਾਂ ਨੇ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਤੋਂ ਬਾਅਦ ਇਹਨਾਂ ਦੀ ਮੌਤ ਹੋ ਗਈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਚੱਲੇਗਾ। ਸੋ ਦੱਸਦੇ ਕਿ ਦੋ ਦੋਸਤ ਜੋਟੀ ਦੇ ਯਾਰ, ਜਿਨ੍ਹਾਂ ਦੀ ਇੱਕੋ ਸਮੇਂ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਇਹਨਾਂ ਨੇ ਜ਼ਹਿਰੀਲਾ ਪਦਾਰਥ ਖਾਧਾ, ਜਿਸ ਤੋਂ ਬਾਅਦ ਇਹਨਾਂ ਨੂੰ ਉਲਟੀਆਂ ਆਈਆਂ। ਹਸਪੀਟਲ ਦੇ ਵਿੱਚ ਲੈ ਕੇ ਗਏ, ਪਰ ਉਦੋਂ ਤੱਕ ਇਹਨਾਂ ਦੀ ਮੌਤ ਹੋ ਚੁੱਕੀ ਸੀ। ਅੰਬੋਹਰ ਦੇ ਵਿੱਚ ਇਹ ਘਟਨਾ ਘਟੀ। ਅਤੇ ਇੱਕ ਮੁੰਡਾ ਜੀ ਮਨਪ੍ਰੀਤ, ਆਪਣੇ ਈਦਗਾਹ ਬਸਤੀ ਤੋਂ। ਇਹ ਪਤਾ ਚੱਲਿਆ ਘਰਦਿਆਂ ਨੂੰ ਵੀ ਇਹ ਉੱਥੇ ਈਦਗਾਹ ਬਸਤੀ 'ਚ ਜਾ ਕੇ ਕੋਈ ਗਿਰੇ ਆ ਬਾਈਕ ਤੋਂ, ਅਤੇ ਇਹਨਾਂ ਨੂੰ ਚੁੱਕ ਕੇ ਜਿੱਦਾਂ ਹੀ ਹੋਸਪਿਟਲ ਲਿਜਾਂਦਾ ਗਿਆ, ਰਾਮ ਕੁਮਾਰ ਗੋਇਲ ਜੀ ਦੇ ਲਿਜਾਂਦਾ ਗਿਆ, ਜਿਹੜਾ ਹੋਸਪਿਟਲ ਹੈ ਇਹਨਾਂ ਦਾ ਮੇਰੇ ਮੁਹੱਲੇ ਵਾਲੇ ਨੂੰ, ਉਹਨਾਂ ਨੂੰ ਉੱਥੇ ਹੀ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ ਸੀਗਾ ਡਾਕਟਰ ਸਾਹਿਬ ਵੱਲੋਂ।
ਅਤੇ ਜਿਹੜਾ ਦੂਸਰਾ ਮਨਪ੍ਰੀਤ ਮੁੰਡਾ ਸੀ ਉਹਨੂੰ ਗੰਗਾਨਗਰ ਰੈਫਰ ਕੀਤਾ ਗਿਆ ਸੀਗਾ, ਉਹਦੀ ਉੱਥੇ ਜਾ ਕੇ ਮੌਤ ਹੋ ਗਈ ਹੈ ਜੀ। ਕਾਰਨ ਹੈ ਜੀ ਕੋਈ ਜ਼ਹਿਰੀਲਾ ਪਦਾਰਥ ਖਾਧਾ ਇਹਨਾਂ ਨੇ, ਕਾਰਨ ਹਾਲੇ ਕੋਈ ਨਹੀਂ ਸਾਹਮਣੇ ਆਇਆ। ਬਾਕੀ ਜਿੰਨੀ ਉਹ ਫੈਮਿਲੀ ਨਾਲ ਗੱਲ ਹੋਈ ਹੈ ਵੀ ਇਹਨਾਂ ਨੇ ਆਪੇ ਸੁਸਾਈਡ ਕੀਤਾ ਕੋਈ ਜ਼ਹਿਰੀਲਾ ਪਦਾਰਥ ਦੀ ਵਰਤੋਂ ਕਰਕੇ, ਅਤੇ ਦੋਨਾਂ ਨੇ ਇਕੱਠਾ ਹੀ ਖਾਧਾ ਜੀ। ਪੜ੍ਹਦੇ ਤਾਂ ਨਹੀਂ ਸੀ, ਕੰਮ ਨਹੀਂ, ਹਾਲੇ ਛੋਟੀ ਏਜ ਸੀ ਦੋਨਾਂ ਦੀ, ਫਾਦਰ ਹੀ ਕੰਮ ਕਰਦੇ ਸੀ, ਕੋਈ 18 ਤੋਂ 20 ਸਾਲ ਸੀ ਤਕਰੀਬਨ ਦੋਨਾਂ ਦੇ। ਕੰਮ ਤਾਂ ਉਹਨਾਂ ਦੇ ਫਾਦਰ ਹੀ ਕਰਦੇ ਸੀ, ਮੁੰਡੇ ਨਹੀਂ ਹਾਲੇ ਕੰਮ ਵੀ ਕੰਮ ਕਰਦੇ ਸੀਗੇ। ਇੱਕ ਦੇ ਫਾਦਰ ਦਾ ਸਾਹਿਬ ਦੀ ਦੁਕਾਨ ਹੈਗੀ ਆਪਣੇ ਜੋੜੀ ਮੰਦਰ ਚੌਂਕ 'ਚ ਪੇਂਟਿੰਗ ਦਾ ਕੰਮ, ਅਤੇ ਇੱਕ ਆਪਣੇ ਮੁਹੱਲੇ ਦੀ ਸੀਗੀ ਹੀਰਾ ਲਾਲ ਜੀ। ਦੂਸਰੇ ਸੋਨੀ ਹੈ ਅਤੇ ਮਨਪ੍ਰੀਤ ਹੈ ਜੀ, ਦੋ ਬੰਦੇ, ਦੋ ਮੁੰਡੇ। ਮਨਪ੍ਰੀਤ ਹੈ ਜੀ, ਮਨਪ੍ਰੀਤ ਦਿਆਲ ਨਗਰੀ ਵਾਲਾ, ਸੋਨੀ ਕਮੋਜ ਮੁਹੱਲੇ ਵਾਸੀ ਜੀ। ਬਹੁਤ ਹੀ ਮੰਦਭਾਗੀ ਖਬਰ ਹੈ, ਬਹੁਤ ਹੀ ਆਪਣੇ ਬਾਪ ਦੇ ਬਿਆਨਾਂ ਦੇ ਆਧਾਰ ਤੇ 74 ਦੀ ਕਾਰਵਾਈ ਕੀਤੀ। ਕੋਈ ਮੌਤ ਦਾ ਕਾਰਨ ਸਾਹਮਣੇ ਆਇਆ ਜੀ? ਨਹੀਂ ਜੀ, ਕੋਈ ਨਹੀਂ ਆਇਆ, ਪਵਾ ਦਾ ਪੁੱਛਣ ਦਾ ਨਹੀਂ ਜੀ। ਉਹ ਕਹਿੰਦੇ ਕੋਈ ਚੀਜ਼ ਕਹਿੰਦੇ ਖਾ ਲਈ, ਪਤਾ ਵੀ ਨਹੀਂ ਕੀ ਖਾਧਾ ਨੇ।